ਇਹ ਦ੍ਰਿਸ਼ ਇਹ ਸਮਝਾਉਂਦਾ ਹੈ ਕਿ ਕਿਸੇ ਵੀ ਨੌਜਵਾਨ ਦੀ ਗ੍ਰਿਫਤਾਰੀ ਤੇ ਕੀ ਹੁੰਦਾ ਹੈ। ਜਦ ਕੋਈ ਪੁਲਿਸ ਅਧਿਕਾਰੀ ਕਿਸੇ ਨੌਜਵਾਨ ਨੂੰ ਗ੍ਰਿਫਤਾਰ ਕਰਦਾ ਹੈ ਤਾਂ ਉਸਨੂੰ ਨੌਜਵਾਨ ਨੂੰ ਗ੍ਰਿਫਤਾਰੀ ਦੇ ਕਾਰਨਾਂ ਬਾਰੇ ਦੱਸਣਾ ਚਾਹੀਦਾ ਹੈ ਅਤੇ ਨੌਜਵਾਨ ਨੂੰ ਉਸਦੇ ਵਕੀਲ ਨਾਲ ਗੱਲਬਾਤ ਕਰਨ ਦਾ ਸਲਾਹ ਮਸ਼ਵਰਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਵਕੀਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਇਲਾਵਾ ਨੌਜਵਾਨ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਨਾਲ ਗੱਲ ਕਰ ਸਕਦਾ ਹੈ। ਪੁਲਿਸ ਦੇ ਸਾਹਮਣੇ ਬਿਆਨ ਦਿੰਦੇ ਸਮੇਂ ਆਪਣੇ ਮਾਤਾ ਪਿਤਾ ਜਾਂ ਇੱਕ ਬਾਲਗ ਵਿਅਕਤੀ ਦੀ ਮੌਜੂਦਗੀ ਦਾ ਹੱਕ ਰੱਖਦਾ ਹੈ। ਜਦ ਪੁਲਿਸ ਅਧਿਕਾਰੀ ਅਪਰਾਧ ਨਾਲ ਸੰਬੰਧਿਤ ਸਾਰੇ ਸਬੂਤ ਇਕੱਠੇ ਕਰ ਲੈਂਦਾ ਹੈ ਅਤੇ ਉਹ ਘਟਨਾਗ੍ਰਸਤ ਵਿਅਕਤੀ ਦੀ ਸੁਰੱਖਿਆ ਬਾਰੇ ਸੰਤੁਸ਼ਟ ਹੋ ਜਾਂਦਾ ਹੈ ਤਾਂ ਉਹ ਨੌਜਵਾਨ ਨੂੰ ਹਾਜ਼ਰ ਹੋਣ ਦੇ ਨੋਟਿਸ ਦਿੰਦਾ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਨੌਜਵਾਨ ਅਦਾਲਤ ਵਿੱਚ ਹਾਜ਼ਰ ਹੋਵੇਗਾ। ਨੋਟਿਸ ਦੇਣ ਉਪਰੰਤ ਨੌਜਵਾਨ ਨੂੰ ਛੱਡ ਦਿੱਤਾ ਜਾਂਦਾ ਹੈ। ਪੁਲਿਸ ਅਧਿਕਾਰੀ ਤਦ ਤੱਕ ਨੌਜਵਾਨ ਨੂੰ ਨਹੀਂ ਛੱਡ ਸਕਦਾ ਜਦ ਤੱਕ ਉਹ ਨੌਜਵਾਨ ਦੀ ਪਹਿਚਾਣ ਨੂੰ ਸਥਾਪਿਤ ਨਹੀਂ ਕਰ ਲੈਂਦਾ ਅਤੇ ਉਸਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਨੌਜਵਾਨ ਅਦਾਲਤ ਵਿੱਚ ਹਾਜ਼ਰ ਹੋਵੇਗਾ। ਜਦ ਪੁਲਿਸ ਅਧਿਕਾਰੀ ਨੌਜਵਾਨ ਨੂੰ ਨਾ ਛੱਡਣ ਦਾ ਫੈਸਲਾ ਕਰਦਾ ਹੈ ਤਾਂ ਪੁਲਿਸ ਅਧਿਕਾਰੀ ਨੂੰ ਨੌਜਵਾਨ ਨੂੰ 24 ਘੰਟੇ ਦੇ ਅੰਦਰ ਜਾਂ ਛੇਤੀ ਤੋਂ ਛੇਤੀ ਜੱਜ ਜਾਂ ਜਸਟਿਸ ਆਫ ਪੀਸ ਦੇ ਸਾਹਮਣੇ ਜ਼ਮਾਨਤ ਦੀ ਕਾਰਵਾਈ ਲਈ ਪੇਸ਼ ਕਰਨਾ ਪਵੇਗਾ। ਜ਼ਮਾਨਤ ਦੀ ਕਾਰਵਾਈ ਦੇ ਸਾਹਮਣੇ ਇਹ ਅਨੁਮਾਨਿਤ ਕੀਤਾ ਜਾਂਦਾ ਹੈ ਕਿ ਨੌਜਵਾਨ ਨੂੰ ਬਿਨਾਂ ਕਿਸੇ ਸ਼ਰਤ ਤੋਂ ਛੱਡ ਦਿੱਤਾ ਜਾਵੇ, ਪਰ ਕ੍ਰਾਊਨ ਅਦਾਲਤ ਨੂੰ ਇਹ ਕਾਰਨ ਦਿੰਦਾ ਹੈ ਕਿ ਨੌਜਵਾਨ ਨੂੰ ਜਾਂ ਤਾਂ ਕੁਝ ਸ਼ਰਤਾਂ ਅਤੇ ਪ੍ਰਤੀਬੰਧਾਂ ਦੀ ਤਹਿਤ ਛੱਡਿਆ ਜਾਵੇ ਜਾਂ ਉਸਨੂੰ ਮੁਕੱਦਮੇ ਲਈ ਰੋਕ ਲਿਆ ਜਾਵੇ। ਉਹ ਸਾਰੀਆਂ ਸ਼ਰਤਾਂ ਜਾਂ ਪ੍ਰਤੀਬੰਧ ਜਿਹੜੀਆਂ ਨੌਜਵਾਨ ਉੱਪਰ ਲਗਾਈਆਂ ਜਾ ਸਕਦੀਆਂ ਹਨ ਕਿ ਨੌਜਵਾਨ ਇੱਕ ਨਿਸ਼ਚਿਤ ਭੂਗੋਲਿਕ ਖੇਤਰ ਵਿੱਚ ਹੀ ਰਹੇ, ਕਿ ਨੌਜਵਾਨ ਨੂੰ ਕੁਝ ਵਿਅਕਤੀਆਂ ਨਾਲ ਗੱਲਬਾਤ ਕਰਨ ਲਈ ਰੋਕਿਆ ਜਾਂਦਾ ਹੈ, ਕਿ ਨੌਜਵਾਨ ਕਿਸੇ ਵਿਅਕਤੀ ਨਾਲ ਹੀ ਰਹਿ ਸਕਦਾ ਹੈ। ਨੌਜਵਾਨ ਨੂੰ ਰਿਹਾ ਕਰਨ ਦੇ ਕੁਝ ਖਾਸ ਕਾਰਨ ਹੋ ਸਕਦੇ ਹਨ। ਜਦ ਅਦਾਲਤ ਨੌਜਵਾਨ ਦੀ ਅਦਾਲਤ ਵਿੱਚ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਰੋਕ ਸਕਦੀ ਹੈ, ਜਦ ਅਦਾਲਤ ਇਹ ਮਹਿਸੂਸ ਕਰਦੀ ਹੈ ਕਿ ਆਮ ਜਨਤਾ ਦੀ ਸੁਰੱਖਿਆ ਲਈ ਨੌਜਵਾਨ ਨੂੰ ਰੋਕਣਾ ਜ਼ਰੂਰੀ ਹੈ। ਉਦਾਹਰਣ, ਜਿਵੇਂ ਕਿ ਨੌਜਵਾਨ ਰਿਹਾ ਹੋਣ 'ਤੇ ਕਈ ਹੋਰ ਤਰ੍ਹਾਂ ਦੇ ਅਪਰਾਧ ਕਰ ਸਕਦਾ ਹੈ। ਜਦ ਅਦਾਲਤ ਨਿਆਂ ਪ੍ਰਸ਼ਾਸਨ ਵਿੱਚ ਵਿਸ਼ਵਾਸ ਸਥਾਪਿਤ ਕਰਾਉਣ ਲਈ ਨੌਜਵਾਨ 'ਤੇ ਰੋਕ ਲਗਾਉਂਦੀ ਹੈ। ਅਦਾਲਤ ਅਪਰਾਧ ਦੀ ਸੰਗੀਨਤਾ, ਪਹਿਲੇ ਅਪਰਾਧਿਕ ਰਿਕਾਰਡ, ਰਿਹਾਈ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨਾ ਅਤੇ ਨੌਜਵਾਨ ਦੇ ਰਹਿਣ ਸਹਿਣ ਨੂੰ ਧਿਆਨ ਵਿੱਚ ਰੱਖੇਗੀ। ਮੁਕੱਦਮੇ ਦੀ ਕਾਰਵਾਈ ਲਈ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਅਦਾਲਤ ਨੌਜਵਾਨ ਦੀ ਦੇਖ ਰੇਖ ਲਈ ਇੱਕ ਜ਼ਿੰਮੇਵਾਰ ਵਿਅਕਤੀ ਦੀ ਜ਼ਿੰਮੇਵਾਰੀ ਤੈਅ ਕਰੇਗਾ। ਅਦਾਲਤ ਇਹ ਵੀ ਯਕੀਨੀ ਬਣਾਏਗੀ ਕਿ ਨੌਜਵਾਨ ਉਸ ਜ਼ਿੰਮੇਵਾਰ ਵਿਅਕਤੀ ਦੀ ਦੇਖ ਰੇਖ ਵਿੱਚ ਆਪਣੀ ਮਰਜ਼ੀ ਨਾਲ ਰਹੇ। ਜ਼ਿੰਮੇਵਾਰ ਵਿਅਕਤੀ ਲਿਖਿਤ ਮਨਜ਼ੂਰੀ ਦਿੰਦੇ ਹੋਏ ਕਿ ਨੌਜਵਾਨ ਅਦਾਲਤ ਵਿੱਚ ਮੌਜੂਦ ਰਹੇਗਾ ਅਤੇ ਉਹ ਉਸ ਉੱਪਰ ਅਦਾਲਤ ਦੁਆਰਾ ਲਗਾਈਆਂ ਗਈਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰੇਗਾ। ਕੁਝ ਸਥਿਤੀਆਂ ਵਿੱਚ ਜਦੋਂ ਨੌਜਵਾਨ ਉੱਪਰ ਸੰਗੀਨ ਅਪਰਾਧ ਦਾ ਦੋਸ਼ ਹੁੰਦਾ ਹੈ ਅਤੇ ਅਦਾਲਤ ਦੁਆਰਾ ਇਹ ਤੈਅ ਕੀਤਾ ਜਾਂਦਾ ਹੈ ਕਿ ਨੌਜਵਾਨ ਨੂੰ ਮੁਕੱਦਮੇ ਲਈ ਰੋਕਿਆ ਜਾਵੇ, ਅਜਿਹੀ ਜੀ ਸਥਿਤੀ ਵਿੱਚ ਨੌਜਵਾਨ ਉੱਪਰ ਇਹ ਸਾਬਤ ਕਰਨ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਉਸਨੂੰ ਕਿਉਂ ਨਾ ਛੱਡਿਆ ਜਾਵੇ। ਅਜਿਹੀਆਂ ਸਥਿਤੀਆਂ ਵਿੱਚ ਨੌਜਵਾਨ ਦੀ ਸਹਾਇਤਾ ਲਈ ਵਕੀਲ ਦੀ ਨਿਯੁਕਤੀ ਜ਼ਰੂਰੀ ਹੈ।